ਸੀ ਮਾਰ ਸਾਹਿਬ ਵੇਖੋ ਕਹਿੰਦੇ ਮੈਂ ਜਦੋਂ ਤੁਹਾਡੇ ਕੋਲ ਆਇਆ ਸੀ ਜਦੋਂ 8-9 ਸਾਲ ਦੀ ਉਮਰ ਨਹੀਂ ਸੀ ਜਦੋਂ ਕੋਲ ਆ ਗਏ ਸੀ ਮਹਾਰਾਜ ਇੱਕ ਚਿੜੀ ਵੀ ਨੇ ਮੈਂ ਮਾਰ ਨਹੀਂ ਸੀ ਸਕਦਾ ਕਹਿੰਦੇ ਦਾਦਾ ਜੀ ਮੈਨੂੰ ਨਹੀਂ ਪਤਾ ਮੈਂ ਜਿੱਦਣ ਤੋਂ ਅੰਮ੍ਰਿਤ ਦੀ ਦਾਤ ਲੈ ਲਈ ਜਿੱਦਣ ਤੋਂ ਅੰਮ੍ਰਿਤ ਦੀ ਦਾਤ ਲੈ ਲਈ ਤੁਹਾਡੀ ਬਖਸ਼ਿਸ਼ ਨਾਲ ਤੁਹਾਡੀ ਕਿਰਪਾ ਨਾਲ ਜਿੱਦਣ ਤੋਂ ਬਾਣੀ ਨਾਲ ਮੈਂ ਜੁੜ ਗਿਆ ਬਾਣੀ ਪੜ੍ਹਨੀ ਜਿੱਦਣ ਤੋਂ ਸ਼ੁਰੂ ਕੀਤੀ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਨਹੀਂ ਪਤਾ ਲੱਗਾ ਮੇਰੇ ਵਿੱਚੋਂ ਐਸੀ ਸ਼ਕਤੀ ਕਿੱਥੋਂ ਆ ਗਈ ਐਸੀ ਤਾਕਤ ਕਿੱਥੋਂ ਆਈ ਕਹਿੰਦੇ ਮਹਾਰਾਜ ਮੈਂ ਨਹੀਂ ਜਾਣਦਾ ਕੀ ਅਸਰ ਵਿਖਾਇਆ ਅੰਮ੍ਰਿਤ ਨੇ ਅਸਰ ਕੀ ਵਿਖਾਇਆ ਕੀ ਅਸਰ ਵਿਖਾਇਆ ਅੰਮ੍ਰਿਤ ਨੇ ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸਾਂ ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਇਹ ਹੈ ਉਹਦੇ ਅੰਮ੍ਰਿਤ ਵਿੱਚ ਅੰਮ੍ਰਿਤ ਵਿੱਚ ਤਾਕਤ ਉਹਦੀ ਬਾਣੀ ਵਿੱਚ ਤਾਕਤ ਅਸਰ ਕੀ ਵਿਖਾਇਆ ਕਹਿੰਦੇ ਮੈਂ ਨਹੀਂ ਜਾਣਦਾ ਇਸ ਗੱਲ ਆਪਾਂ ਵੀ ਇਹ ਪ੍ਰਣ ਕਰਨਾ ਆਪਾਂ ਵੀ ਆਹ ਵੀ ਅੰਮ੍ਰਿਤ ਛਕਣਾ ਤੇ ਆਹ ਵੀ ਛਕਣਾ ਦੋਨੋਂ ਹੀ ਅੰਮ੍ਰਿਤ ਛਕਣੇ ਨੇ ਦੋਨੋਂ ਹੀ ਜ਼ਰੂਰੀ ਨੇ ਆਖੋ ਸਾਧਨਾ ਅੰਮ੍ਰਿਤ ਛਕ ਕੇ ਬਾਣੀ ਨਾਲ ਜੁੜਨਾ ਇਹ ਵੀ ਅੰਮ੍ਰਿਤ ਛਕ ਕੇ ਸ਼ੁਰੂ ਤੋਂ ਹੀ ਪੜ੍ਹਿਆ ਸੀ ਆਪਾਂ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਪੀਵੋ ਪੋਹਲ ਖੰਡ ਧਾਰ ਹੋਏ ਜਨਮ ਸੁਹੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਜੇ ਇੰਨੀ ਬਾਣੀ ਇੰਨਾ ਤਪ ਇੰਨਾ ਭਜਨ ਕਰਦੇ ਫਿਰ ਜਿਵੇਂ ਆਪਾਂ ਜਾਣਦੇ ਹਾਂ ਨਾ ਜਿਹੜੇ ਇਤਿਹਾਸ ਪੜ੍ਹਦੇ ਨੇ ਪਤਾ ਹੀ ਆ
ਬਾਬਾ ਦੀਪ ਸਿੰਘ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਬਾਬਾ ਦੀਪ ਸਿੰਘ ਔਰ ਭਾਈ ਮਨੀ ਸਿੰਘ ਵੇਖੋ ਇੰਨੀ ਬਖਸ਼ਿਸ਼ ਹੋ ਗਈ, ਇੰਨੀ ਕਿਰਪਾ ਹੋ ਗਈ ਕਿ ਹੱਥ ਲਿਖਤ ਚਾਰ ਬੀੜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਲਿਖੀਆਂ ਨੇ, ਆਪ ਲਿਖੀਆਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਹੋ ਕਰਕੇ। ਇਹ ਬਖਸ਼ਿਸ਼ ਹੈ ਤੇ ਹੋਰ ਕੀ ਹੈ, ਇਹ ਕਿਰਪਾ, ਇਹ ਬਖਸ਼ਿਸ਼ ਉਹਦੀ ਬਾਣੀ ਵਿੱਚੋਂ ਮਿਲਦੀ, ਬਾਣੀ ਵਿੱਚੋਂ ਇਹ ਤਾਕਤ, ਇਹ ਸ਼ਕਤੀ। ਉਦੋਂ ਸਾਰੇ ਸਿੰਘ ਬਾਣੀ ਪੜ੍ਹਦੇ ਸੀ, ਸਭ ਵਿੱਚ ਬੜਾ ਰੋਸ ਸੀ ਹੁੰਦਾ, ਸਭ ਵਿੱਚ ਬੜਾ ਜੋਸ਼ ਹੁੰਦਾ ਸੀ, ਮਾਲਕ ਦੀ ਬੜੀ ਕਿਰਪਾ। ਤੇ ਉਹ ਸਮੇਂ ਗੁਰੂ ਦੀ ਮੱਤ ਨਾਲ ਚੱਲਦੇ ਸੀ, ਗੁਰੂ ਦੀ ਮੱਤ ਨਾਲ, ਸਤਿਗੁਰੂ ਦੀ ਮੱਤ ਨਾਲ ਸਿੱਖ ਚੱਲਦੇ ਸੀ। ਤੇ ਅੱਜ ਵੀ ਅਸੀਂ ਗੁਰੂ ਦੀ ਮੱਤ ਨਾਲ ਚੱਲੀਏ, ਸਤਿਗੁਰੂ ਕੀ ਕਹਿੰਦੇ, ਸਤਿਗੁਰੂ ਦੀ ਮੱਤ ਨਾਲ ਚੱਲਣਾ। ਅੱਜ ਵੀ ਆਪਣੀ ਮੱਤ ਨਾਲ ਆਪਾਂ ਗੁਰੂ ਨੂੰ ਨਹੀਂ ਚਲਾਉਣਾ, ਗੁਰੂ ਦੀ ਮੱਤ ਨਾਲ ਆਪਾਂ ਚੱਲਣਾ, ਗੁਰੂ ਦੀ ਮੱਤ ਨਾਲ ਚੱਲਣਾ। ਇਤਿਹਾਸ ਦੇ ਇੱਥੋਂ ਤੱਕ ਵੀ ਕਹਿੰਦੇ ਕਿ ਸਿੰਘ ਇੰਨੀ ਬਾਣੀ ਪੜ੍ਹਦੇ ਸੀ ਕਿ ਸਣੇ ਦੇ ਸੱਚਖੰਡ ਜਾਣ ਲੱਗ ਪਏ, ਸਣੇ ਦੇ ਸੱਚਖੰਡ, ਇਹ ਗੱਲ ਸੱਚ ਹੈ, ਸਣੇ ਦੇ ਸੱਚਖੰਡ ਜਾਣ ਲੱਗ ਪਏ, ਇੰਨੀ ਬਾਣੀ ਪੜ੍ਹਦੇ ਸੀ, ਇੰਨੀ ਬਖਸ਼ਿਸ਼। ਤੇ ਬਾਬਾ ਦੀਪ ਸਿੰਘ ਜੀ ਵੀ ਚੱਲੇ ਸੀ ਸਣੇ ਦੇ ਸੱਚਖੰਡ, ਕਲਗੀਆਂ ਵਾਲਿਆਂ ਨੇ ਰੋਕ ਲਿਆ ਸੀ, ਕਹਿੰਦੇ ਤੁਹਾਡੀ ਲੋੜ ਹੈ, ਹਜੇ ਤੁਹਾਡੀ ਲੋੜ ਹੈ। ਕਹਿੰਦੇ ਦਾਤਾ ਜੀ ਕਰੀਏ ਕਿ ਬਾਣੀ ਪੜ੍ਹਦੇ ਆ, ਇੰਨੀ ਬਾਣੀ ਤੁਹਾਡੀ ਬਖਸ਼ਿਸ਼ ਨਾਲ ਸਣੇ ਦੇ ਸੱਚਖੰਡ। ਮਹਾਰਾਜ ਕਹਿੰਦੇ ਕੋਈ ਗੱਲ ਨੀ, ਹਜੇ ਤੁਹਾਡੀ ਲੋੜ ਹੈ, ਸਾਨੂੰ ਤੁਹਾਡੀ ਲੋੜ, ਮਹਾਰਾਜ ਦੀ ਬਖਸ਼ਿਸ਼ ਨਾਲ ਭਾਈ ਮਨੀ ਸਿੰਘ ਜੀ ਦੇ ਨਾਲ ਹੋ ਕਰਕੇ ਚਾਰ ਬੀੜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਲਿਖੀਆਂ ਹੱਥ ਲਿਖਤ ਜਿਹੜੀਆਂ ਚਾਰ ਅਸਥਾਨਾਂ ਤੇ, ਇੱਕ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ, ਔਰ ਸ੍ਰੀ ਹਜ਼ੂਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਔਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਚਾਰ ਬੀੜਾਂ ਧੰਨ ਗੁਰੂ ਗ੍ਰੰਥ ਸਾਹਿਬ। ਹੁਣ ਜਦੋਂ ਲਾਹੌਰ ਦਾ ਰਹਿਣ ਵਾਲਾ ਸੀ ਬਾਬਾ ਦੀਪ ਸਿੰਘ ਜੀ ਨੇ, ਜਦੋਂ ਅੰਮ੍ਰਿਤਸਰ ਨੂੰ ਯਾਦ ਕਰਾਉਣਾ ਸੀ ਨਾ, ਅੰਮ੍ਰਿਤਸਰ ਦੀ ਸਰੋਵਰ ਦੀ ਜਿਹੜੀ ਬੇਅਦਬੀ, ਹਾਕਮ ਤੈਮੂਰ ਇਹ ਜ਼ਾਲਮ ਪਾਪੀ ਲਾਹੌਰ ਦਾ ਰਹਿਣ ਵਾਲਾ ਸੀ, ਲਾਹੌਰ ਦਾ ਰਹਿਣ ਵਾਲਾ ਹਾਕਮ ਤੈਮੂਰ ਜਹਾਨ ਖਾਂ, ਹਾਕਮ ਤੈਮੂਰ ਦਾ ਜਰਨੈਲ ਜਹਾਨ ਖਾਂ ਦਾ ਨਾਂ ਸੀ, ਜਿਹੜੀ ਹਾਕਮ ਤੈਮੂਰ ਨੇ ਜਹਾਨ ਖਾਂ ਦੀ ਡਿਊਟੀ ਲਾਈ ਕਿ ਜਾ ਕੇ ਅੰਮ੍ਰਿਤਸਰ ਨੂੰ ਪੂਰ ਦੇ। ਜਹਾਨ ਖਾਂ ਨੂੰ ਆਪਣੇ ਆਪ ਨੂੰ ਬੜਾ ਵੱਡਾ ਜਰਨੈਲ ਸਮਝਦਾ ਸੀ, ਵੀ ਮੈਂ ਮੇਰੇ ਵਰਗਾ ਕੋਈ ਯੋਧਾ ਨਹੀਂ ਹੋਣਾ, ਮੇਰੇ ਵਰਗਾ ਕੋਈ ਜਰਨੈਲ ਨਹੀਂ ਹੋਣਾ, ਬੜਾ ਹੰਕਾਰ ਸੀ, ਬੜਾ ਹੰਕਾਰੀ ਸੀ, ਆਪਣੇ ਆਪ ਨੂੰ ਜਰਨੈਲ ਸਮਝਦਾ ਸੀ ਜਹਾਨ ਖਾਂ। ਤੇ ਹਾਕਮ ਤੈਮੂਰ ਨੇ ਜਹਾਨ ਖਾਂ ਨੂੰ ਕਿਹਾ ਕਿ ਜਾ ਕੇ ਅੰਮ੍ਰਿਤਸਰ ਨੂੰ ਪੂਰ, ਅੰਮ੍ਰਿਤਸਰ ਦੇ ਸਰੋਵਰ ਨੂੰ ਪੂਰ ਦੇ ਭਰ ਦੇ। ਕਿਉਂ? ਕਿਉਂਕਿ ਜਿਹੜੀ ਸਿੱਖਾਂ ਨੂੰ ਸ਼ਕਤੀ ਮਿਲਦੀ ਹੈ ਨਾ, ਇਹ ਉਹਦੇ ਵਿੱਚ ਇਸ਼ਨਾਨ ਕਰਕੇ ਤੇ ਉੱਥੇ ਬਾਣੀ ਪੜ੍ਹ ਕੇ ਇਹਨਾਂ ਨੂੰ ਤਾਕਤ ਮਿਲਦੀ ਹੈ, ਉੱਥੇ ਇਸ਼ਨਾਨ ਕਰਕੇ ਤੇ ਉੱਥੇ ਜਾ ਕੇ ਜਿਹੜੇ ਬਾਣੀ ਪੜ੍ਹਦੇ ਨੇ ਉੱਥੋਂ ਇਹਨਾਂ ਨੂੰ ਇਹ ਤਾਕਤ ਮਿਲਦੀ ਹੈ, ਸ਼ਕਤੀ ਮਿਲਦੀ ਹੈ ਬਾਣੀ ਪੜ੍ਹ ਕੇ, ਉਹਦੇ ਵਿੱਚ ਇਸ਼ਨਾਨ ਕਰਕੇ, ਤਾਂ ਕਰਕੇ ਪੂਰ ਦੇ ਜਾ ਕੇ ਪਰਦੇ ਸਰੋ ਆਪਣੀਆਂ। ਹਾਕਮ ਤੈਮੂਰ ਨੇ ਆਪਣੀਆਂ ਫੌਜਾਂ, ਮੁਗਲ ਪਠਾਨ ਫੌਜ, ਇਤਿਹਾਸ ਕਹਿੰਦਾ ਪਠਾਣਾ ਦੀ ਫੌਜ 40,000 ਫੌਜ ਉਹਦੇ ਨਾਲ ਭੇਜੀ ਜਹਾਨ ਖਾਨ ਦੇ ਨਾਲ। ਫਿਰ ਜਦੋਂ ਤੁਰੇ ਨੇ ਅੰਮ੍ਰਿਤ ਸਰੋਵਰ ਨੂੰ ਪੂਰ ਦੇਣ ਵਾਸਤੇ, ਜਦੋਂ ਤੁਰ ਪਏ ਚਲੇ ਗਏ, ਤੇ ਉਦੋਂ ਬਾਬਾ ਗੁਰਬਖਸ਼ ਸਿੰਘ, ਧਿਆਨ ਨਾਲ ਜਰਾ ਕੁ ਸੁਣਿਓ, ਇੱਧਰ ਧਿਆਨ ਰੱਖਿਓ ਜਰਾ ਪਿਆਰਿਓ, ਬਾਬਾ ਗੁਰਬਖਸ਼ ਸਿੰਘ ਜੋ ਇਤਿਹਾਸ ਵਿੱਚ ਜਿਨ੍ਹਾਂ ਦਾ ਨਾਂ ਹੁੰਦਾ
ਬਾਬਾ ਗੁਰਬਖਸ਼ ਸਿੰਘ ਨਾ 30 ਸਿੰਘਾਂ ਸਮੇਤ ਉਸ ਸਮੇਂ ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਸੀ, ਗੁਰਧਾਮਾਂ ਦੀ ਸੇਵਾ ਸੰਭਾਲ ਕਰ ਰਹੇ 30 ਸਿੰਘ ਨਾਲ 30 ਸਿੰਘਾਂ ਸਮੇਤ। ਤੇ ਜਦੋਂ ਬਾਬਾ ਗੁਰਬਖਸ਼ ਸਿੰਘ ਨੂੰ ਜਹਾਨ ਖਾਂ ਜ਼ਾਲਮ ਪਾਪੀ ਦੀ ਇਸ ਕਰਤੂਤ ਬਾਰੇ ਜਦੋਂ ਪਤਾ ਲੱਗਾ ਨਾ, ਪਤਾ ਲੱਗਾ ਉਹਨਾਂ ਸਿੰਘਾਂ ਨੂੰ ਜਦੋਂ ਪਤਾ ਲੱਗਾ ਜਿਹੜੇ ਸੇਵਾ ਸੰਭਾਲ ਕਰ ਰਹੇ ਸੀ, ਤੇ ਕਿਸੇ ਤੋਂ ਇਹ ਬੇਅਦਬੀ ਬਰਦਾਸ਼ਤ ਨਾ ਹੋ ਸਕੀ, ਬਾਬਾ ਗੁਰਬਖਸ਼ ਸਿੰਘ ਨੇ ਸਿੰਘਾਂ ਨੂੰ ਲਲਕਾਰ ਕੇ ਸਭ ਨੇ ਕਮਰ ਕੱਸੇ ਕਰ ਲਏ। ਕਮਰ ਕੱਸੇ ਕਰਕੇ ਜਦੋਂ ਫਿਰ ਉਹਨਾਂ ਨਾਲ ਜੰਗ ਕੀਤੀ, ਮੁਗਲ ਵੈਰੀਆਂ ਪਠਾਣਾਂ ਦੇ ਨਾਲ ਜੰਗ ਕਰਦੇ ਆ, ਕਿਉਂਕਿ ਹੈਰਾਨੀ ਦੀ ਗੱਲ ਹੈ ਪਿਆਰਿਓ, ਕਿੱਥੇ 30 ਸਿੰਘ ਉਹ ਕਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੀ। 40,000 ਫੌਜ ਕਿੱਥੇ 30 ਤੇ ਕਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ, ਤੇ 300 ਮੁਗਲ ਪਠਾਣਾਂ ਨੂੰ ਮਾਰ ਕੇ ਬਾਬਾ ਗੁਰਬਖਸ਼ ਸਿੰਘ ਨਾਲ 30 ਸਿੰਘ 300 ਮੁਗਲ ਪਠਾਣਾਂ ਨੂੰ ਮਾਰ ਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। 300 ਮੁਗਲ ਪਠਾਣਾ ਮਾਰ ਕੇ ਜਦੋਂ ਸ਼ਹੀਦ ਹੋਏ, ਸ਼ਹੀਦ ਹੋ ਗਏ, ਜਹਾਨ ਖਾਨ ਨੇ ਆਪਣੀਆਂ ਫੌਜਾਂ ਨੂੰ ਕਹਿ ਦਿੱਤਾ ਕਿ ਜਾ ਕੇ ਪੂਰ ਦੇ ਅੰਮ੍ਰਿਤਸਰ, ਹੁਕਮ ਦੇ ਤਾ ਪੂਰ ਦੇ ਸਰੋਵਰ। ਬਾਹਰ ਸਿੱਖਾਂ ਨੂੰ ਪਤਾ ਲੱਗਾ ਇੱਕ ਸਿੰਘ ਘੋੜੇ ਤੇ ਚੜਿਆ, ਮਾਰੀ ਅੱਡੀ ਬੜਾ ਘੋੜੇ ਤੇ ਤੇਜ ਸਵਾਰ ਦਮਦਮਾ ਸਾਹਿਬ ਦੀ ਧਰਤੀ ਤੇ ਗਿਆ, ਦਮਦਮਾ ਸਾਹਿਬ ਦੀ ਧਰਤੀ ਤੇ ਗਿਆ। ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਬਾਰੇ ਜਾਣੂ ਕਰਾਓ, ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੀ ਧਰਤੀ ਜਦੋਂ ਦੱਸਣ ਗਿਆ ਦਮਦਮਾ ਸਾਹਿਬ ਦੀ ਧਰਤੀ ਤੇ, ਜਦੋਂ ਸਿੰਘ ਪਹੁੰਚਿਆ ਬਾਬਾ ਦੀਪ ਸਿੰਘ ਜੀ ਉਸ ਸਮੇਂ ਅੰਦਰ ਸਨ, ਸਿੰਘ ਬਾਹਰ ਖੜੇ ਆ, ਤੇ ਜਾ ਕੇ ਉਹ ਸਿੰਘ ਸਿੰਘਾਂ ਨੂੰ ਕਹਿੰਦਾ ਹੈ, ਕਹਿੰਦਾ ਉਹ ਸਿੰਘੋ, ਉਹ ਜ਼ਾਲਮ, ਉਹ ਪਾਪੀ ਜਹਾਨ ਖਾਂ ਜਿਹੜਾ ਮੁਗਲ ਪਠਾਣ ਆਪਣੀਆਂ ਫੌਜਾਂ ਦੇ ਨਾਲ ਅੰਮ੍ਰਿਤ ਸਰੋਵਰ ਨੂੰ ਪੂਰ ਦੇਣ ਆ ਗਿਆ, ਪਹੁੰਚ ਗਿਆ ਉੱਥੇ। ਸਿੰਘ ਕਹਿੰਦਾ ਇਹ ਕੀ ਕਹਿੰਦਾ ਤੂੰ, ਕਹਿੰਦਾ ਸੱਚੀ ਕਹਿ ਰਿਹਾ ਮੈਂ। ਤੇ ਸਿੰਘ ਸਾਹਮਣੇ ਲੈ ਕੇ ਆਓ ਜਰਾ ਸਮਾਂ। ਸਿੰਘ ਕਹਿੰਦੇ ਆ, ਕਹਿੰਦੇ ਤੂੰ ਇੱਥੇ ਆ ਗਿਆ, ਤੂੰ ਉਹਨਾਂ ਮੁਗਲ ਪਠਾਣਾਂ ਨਾਲ ਲੜ ਕੇ ਸ਼ਹੀਦ ਕਿਉਂ ਨਾ ਹੋ ਗਿਆ, ਉਹਨਾਂ ਜ਼ਾਲਮਾਂ ਨਾਲ ਲੜਦਾ ਤੂੰ? ਉਹ ਫਿਰ ਸਿੰਘ ਕਹਿੰਦਾ ਹੈ, ਉਹ ਕਹਿੰਦਾ ਜੇ ਮੈਂ ਵੈਰੀਆਂ ਨਾਲ ਲੜਦਾ ਤੇ ਸ਼ਹੀਦ ਹੋ ਜਾਂਦਾ, ਇਸ ਗੱਲ ਬਾਰੇ ਤੁਹਾਨੂੰ ਕਿਹਨੇ ਦੱਸਣਾ ਸੀ, ਬਾਬਾ ਜੀ ਨੂੰ ਕਿਹਨੇ ਦੱਸਣਾ ਸੀ, ਇਸ ਗੱਲ ਬਾਰੇ ਕੌਣ ਜਾਣੂ ਕਰੂੰਗਾ। ਫਿਰ ਸਿੰਘ ਅੰਦਰ ਗਏ, ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸਦੇ ਆ, ਜਦੋਂ ਦੱਸਦੇ ਨੇ ਤੇ ਜਲਾਲ ਆ ਗਿਆ, ਵੀਰ ਰਸ ਵਿੱਚ ਬਾਬਾ ਦੀਪ ਸਿੰਘ ਆ ਗਏ, ਵੀਰ ਰਸ ਵਿੱਚ ਇੰਨੇ ਜੋਸ਼ ਵਿੱਚ ਆ ਗਏ ਕਿ ਉਸ ਜਨਮ ਦੀ ਜੁਰਤ ਕਿ ਅੰਮ੍ਰਿਤਸਰ ਨੂੰ ਪੂਰ ਦੇਣ ਆ ਗਿਆ, ਇੰਨਾ ਵੀਰ ਰਸ ਆ ਗਿਆ, ਇੰਨਾ ਜਲਾਲ ਆ ਗਿਆ ਬਾਬਾ ਜੀ ਦੇ ਅੰਦਰ। ਫਿਰ ਇਲਾਕੇ ਦੇ ਸਿੰਘਾਂ ਨੂੰ ਸੁਨੇਹੇ ਦੇ ਕੇ ਇਕੱਠ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ, ਤੇ ਫਿਰ ਬਾਬਾ ਜੀ ਕਹਿੰਦੇ ਨੇ, ਕਹਿੰਦੇ ਭਾਈ ਸਿੰਘੋ, ਅਸੀਂ ਮੌਤ ਰਾਣੀ ਨੂੰ ਵਿਆਹੁਣ ਚੱਲੇ ਆ, ਹੁਣ ਚੱਲੇ ਆ ਮੌਤ ਰਾਣੀ ਨੂੰ ਵਿਆਹੁਣ, ਤੇ ਇੱਕ ਗੱਲ ਸੁਣਿਓ, ਜਿਹੜਾ ਸਾਡੇ ਨਾਲ ਜਾਣਾ ਚਾਹੁੰਦਾ ਹੈ, ਜਿਹੜਾ ਸਾਡੇ ਨਾਲ ਜਾਣਾ ਚਾਹੁੰਦਾ ਹੈ ਉਹ ਸ਼ਹੀਦੀ ਗਾਨਾ ਬੰਨ ਕੇ ਆਵੇ, ਜਿਹੜਾ ਨਾਲ ਜਾਣਾ ਚਾਹੁੰਦਾ ਸਾਡੇ ਸ਼ਹੀਦੀ ਗਾਨਾ ਬੰਨ ਕੇ ਆਵੇ, ਇੱਦਾਂ ਨਾ ਆਵੇ ਸਾਡੇ ਨਾਲ, ਤੇ ਅਸੀਂ ਚੱਲੇ ਆ ਮੌਤ ਰਾਣੀ ਨੂੰ ਵਿਆਹੁਣ। ਰੱਖ ਕੇ ਕਲਮ ਬਾਬਾ ਦੀਪ ਸਿੰਘ ਨੇ, ਰੱਖ ਕੇ ਕਲਮ ਬਾਬਾ ਦੀਪ ਸਿੰਘ ਨੇ ਤਲਵਾਰ ਚੁਕਾਈ, ਰੱਖ ਕੇ ਕਲਮ ਬਾਬਾ ਦੀਪ ਸਿੰਘ ਨੇ ਤਲਵਾਰ ਚੁਕਾਈ, ਰੱਖ ਕੇ ਕਲਮ ਬਾਬਾ ਦੀਪ ਸਿੰਘ ਨੇ ਤਲਵਾਰ ਚੁਕਾਈ।
ਤੁਰ ਪਏ ਕਈ ਮਿਸਲਾਂ ਦੇ ਸਿੰਘ ਨਾਲ ਰਲਦੇ ਗਏ ਰਲਦੇ ਗਏ ਰਲਦੇ ਗਏ ਰਲਦੇ ਗਏ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਕਹਿੰਦੇ ਜਦੋਂ ਪਹੁੰਚੇ ਆ ਨਾ ਇਤਿਹਾਸ ਕਹਿੰਦਾ 10,000 ਸਿੰਘਾਂ ਦੀ ਫੌਜ ਬਾਬਾ ਜੀ ਨਾਲ ਇਕੱਠੀ ਹੋਈ 10,000 ਸਿੰਘ ਉਹਨਾਂ ਦੀ ਫੌਜ ਬਾਬਾ ਜੀ ਦੇ ਨਾਲ ਇਕੱਠੀ ਹੋ ਗਈ ਪਹਿਲਾਂ ਜਾ ਕੇ ਇਸ਼ਨਾਨ ਕੀਤਾ ਦਰਬਾਰ ਸਾਹਿਬ ਵਿੱਚ ਜਾ ਕੇ ਫਿਰ ਅਰਦਾਸ ਕਰਦੇ ਨੇ ਗਲ ਪੱਲਾ ਪਾ ਬੇਨਤੀ ਕਰਦੇ ਨੇ ਜੋਦੜੀ ਕਰਦੇ ਐ ਸੱਚੇ ਪਾਤਸ਼ਾਹ ਕਿਰਪਾ ਕਰੋ ਅੰਮ੍ਰਿਤਸਰ ਨੂੰ ਯਾਦ ਕਰਾ ਕੇ ਮੈਂ ਸ਼ਹੀਦ ਹੋ ਗਿਆ ਉਦੋਂ ਬਾਬਾ ਦੀਪ ਸਿੰਘ ਨੇ ਪ੍ਰਣ ਕੀਤਾ ਪ੍ਰਣ ਕਿ ਅੰਮ੍ਰਿਤਸਰ ਨੂੰ ਯਾਦ ਕਰਾ ਕੇ ਮੈਂ ਸ਼ਹੀਦ ਹੋ ਮੈਂ ਸਿੰਘ ਅਰਦਾਸ ਗੁਜ਼ਾਰ ਦਾ ਗਲ ਪੱਲਾ ਪਾ ਕੇ ਮੈਂ ਮਰਨਾ ਹੈ ਗੁਰੂ ਧਾਮ ਨੂੰ ਆਜ਼ਾਦ ਕਰਾ ਕੇ ਜੋ ਬੈਠੇ ਸਾਡੀ ਹਿੱਕ ਤੇ ਅੱਜ ਡੇਰਾ ਲਾ ਕੇ ਮੈਂ ਜ਼ਾਲਮ ਵੈਰੀ ਸੋਧਣੇ ਅੰਮ੍ਰਿਤਸਰ ਜਾ ਕੇ ਮੈਂ ਸਿੰਘ ਅਰਦਾਸ ਗੁਜ਼ਾਰ ਦਾ ਗਲ ਪੱਲਾ ਪਾ ਤੇ ਹੁਕਮਨਾਮਾ ਸਾਹਿਬ ਇਹ ਆਇਆ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਪਾਈ ਕਰਮ ਲਖਨ ਤੇ ਪਾਈਏ ਇਹ ਰੁੱਤ ਸੁਹਾਈ ਹੁਕਮਨਾਮਾ ਸਾਹਿਬ ਇਹ ਆਇਆ ਤੇ ਅਰਦਾਸ ਕਰਕੇ ਤੁਰੇ ਤੇ ਕਿਹਾ ਨਾ ਮੈਂ ਸਿੰਘ ਅਰ